ਤਾਂ ਇਹ ਤਬਾਹੀ ਦਾ ਮੰਜ਼ਰ ਤੁਸੀਂ ਦੇਖ ਰਹੇ ਹੋ। ਹਰਿਦੁਆਰ ਤੋਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ 1 ਘੰਟੇ ਦੀ ਬਾਰਿਸ਼ ਪੈਣ ਤੋਂ ਬਾਅਦ ਕੀ ਹਾਲ ਬਣ ਗਏ ਨੇ। ਗੱਡੀਆਂ ਰੁੜ ਗਈਆਂ ਨੇ, ਬੰਦੇ ਰੁੜ ਗਏ ਨੇ। ਤਾਂ ਇਹ ਦੇਖ ਸਕਦੇ ਹੋ ਸਰਕਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਗੱਡੀ ਹੈ ਜਿਹੜੀ ਨਦੀ ਦੇ ਵਿੱਚ ਰੁੜੀ ਜਾ ਰਹੀ ਹੈ, ਗੰਗਾ ਦੇ ਵਿੱਚ ਰੁੜੀ ਜਾ ਰਹੀ ਹੈ। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਰਿਦੁਆਰ ਤੋਂ। ਹਰਿਦੁਆਰ ਜਿੱਥੇ 1 ਘੰਟੇ ਦੀ, ਮਹਿਜ਼ 1 ਘੰਟੇ ਦੀ ਬਾਰਿਸ਼ ਤੋਂ ਬਾਅਦ ਇਹ ਹਾਲਾਤ ਹੋ ਗਏ ਨੇ ਹਰਿਦੁਆਰ ਦੇ। ਤਾਂ ਇਹ ਤਸਵੀਰਾਂ ਦੇਖ ਸਕਦੇ ਹੋ, ਬਹੁਤ ਬੰਦੇ ਨੇ ਜਿਹੜੇ ਵਿੱਚ, ਜਿਹੜੇ ਗੱਡੀ ਦੇ ਵਿੱਚ ਸਵਾਰ ਸੀ ਤਾਂ ਉਹ ਕਿਸ ਤਰੀਕੇ ਦੇ ਨਾਲ ਨਿਕਲ ਰਹੇ ਨੇ। ਤਾਂ ਉੱਪਰ ਜਿਹੜੇ ਬੰਦੇ ਖੜੇ ਨੇ ਉਹ ਵੀ ਦੇਖ ਰਹੇ ਨੇ। ਤਾਂ ਦੇਖ ਸਕਦੇ ਹੋ ਤੁਸੀਂ ਸਰਕਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਗੱਡੀਆਂ ਹੀ ਗੱਡੀਆਂ, ਜਿੰਨੀਆਂ ਵੀ ਗੱਡੀਆਂ ਖੜੀਆਂ ਸੀਗੀਆਂ, ਜਿਹੜੀਆਂ ਗੱਡੀਆਂ ਤੁਸੀਂ ਦੇਖ ਸਕਦੇ ਹੋ। ਇੱਥੇ ਕਹਿੰਦੇ ਨਦੀ ਚੱਲਦੀ ਨਹੀਂ ਸੀ, ਪਰ ਹੈ ਨਦੀ ਸੀ, ਖਾਲੀ ਸੀ, ਬਿਲਕੁਲ ਖਾਲੀ ਨਦੀ ਸੀ, ਇਹ ਸੁੱਕੀ ਨਦੀ ਸੀ। ਤਾਂ ਇੱਧਰਲੇ ਪਾਸਿਓਂ ਇਹ ਚੋਆ ਹੋਣਾ, ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਦੇ ਵਿੱਚ ਗੱਡੀਆਂ ਖੜੀਆਂ ਕੀਤੀਆਂ। ਤਾਂ ਗੱਡੀਆਂ ਜਿਹੜੀਆਂ ਡੁੱਬ ਗਈਆਂ ਨੇ, ਗੱਡੀਆਂ ਤਰਦੀਆਂ ਹੋਈਆਂ ਜਾ ਰਹੀਆਂ ਨੇ 1 ਘੰਟੇ ਦੀ ਬਾਰਿਸ਼ ਤੋਂ ਬਾਅਦ ਹਰਿਦੁਆਰ ਦੇ ਵਿੱਚ। ਇਸ ਤਰੀਕੇ ਦੇ ਹਾਲਾਤ ਨੇ ਜਿਹੜੇ ਉਹ ਬਣ ਗਏ ਨੇ। ਇਸ ਤੋਂ ਪਹਿਲਾਂ ਦਿੱਲੀ ਦੇ ਹਾਲਾਤ ਤੁਸੀਂ ਦੇਖੇ ਨੇ, ਦਿੱਲੀ ਦੇ ਲਾਲ ਕਿਲੇ ਦੇ ਆਲੇ ਦੁਆਲੇ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਸਮੁੰਦਰ ਹੋਵੇ, ਜਿਵੇਂ ਬਹੁਤ ਬੜਾ ਸਾਗਰ ਹੋਵੇ ਕੋਈ, ਜਿਸ ਤਰੀਕੇ ਦੇ ਨਾਲ ਪਾਣੀ ਚੱਲ ਰਿਹਾ ਸੀ। ਤਾਂ ਇਹ ਹੁਣ ਹਰਿਦੁਆਰ ਤੋਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ 1 ਘੰਟੇ ਦੀ ਬਾਰਿਸ਼ ਨੇ ਜਲ ਥਲ ਕਰ ਦਿੱਤਾ ਹੈ, ਚਾਰੇ ਪਾਸੇ ਜਲ ਥਲ ਕਰ ਦਿੱਤਾ ਹੈ, ਲੋਕਾਂ ਦਾ ਜੀਣਾ ਮੁਹਾਲ ਹੋ ਗਿਆ। ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਲੋਕ ਗਰਮੀ ਤੋਂ ਤੰਗ ਸੀ, ਗਰਮੀ ਤੋਂ ਤੰਗ ਹੋ ਰਹੇ ਸੀ ਲੋਕ ਕਿ ਇੰਨੀ ਗਰਮੀ ਹੋ ਗਈ ਹੈ। ਤਾਂ ਹੁਣ ਮੌਨਸੂਨ ਆ ਗਿਆ, ਮੌਨਸੂਨ ਦੇ ਆਉਣ ਦੇ ਨਾਲ ਕੁਝ ਘੰਟਿਆਂ ਦਾ ਮੀਂਹ ਹੈ, ਕੁਝ ਘੰਟਿਆਂ ਦੇ ਮੀਂਹ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਜਿਹੜੇ ਹਾਲਾਤ ਨੇ ਬਣਾ ਦਿੱਤੇ ਨੇ। ਹਰਿਦੁਆਰ ਦੇ ਵਿੱਚ ਤਾਂ ਕਿਹਾ ਜਾ ਰਿਹਾ ਕਿ ਸਿਰਫ 1 ਘੰਟਾ ਹੋਇਆ ਸੀ ਹਜੇ ਮੀਂਹ ਪਏ ਨੂੰ, 1 ਘੰਟਾ ਹੋਇਆ ਸੀ ਹਜੇ ਮੀਂਹ ਨੂੰ। ਤਾਂ ਮੀਂਹ ਤੋਂ ਬਾਅਦ ਹਾਲਾਤ ਜਿਹੜੇ ਬਣੇ ਹੋਏ ਨੇ ਹਰਿਦੁਆਰ ਦੇ ਬਹੁਤ ਵੱਧ ਤੋਂ ਬਦਤਰ ਬਣ ਗਏ ਨੇ। ਗੱਡੀਆਂ ਰੁੜ ਗਈਆਂ, ਬੰਦੇ ਵਿੱਚ ਰੁੜ ਗਏ। ਤਾਂ ਜਾਨੀ ਨੁਕਸਾਨ ਦੀ ਹਾਲੇ ਤੱਕ ਤਾਂ ਫਿਲਹਾਲ ਕੋਈ ਖਬਰ ਨਹੀਂ ਆਈ, ਪਰ ਦੇਖ ਸਕਦੇ ਹੋ ਤੁਸੀਂ ਮਾਲੀ ਨੁਕਸਾਨ ਕਿੰਨਾ ਹੋ ਰਿਹਾ। ਗੱਡੀਆਂ ਨੇ ਜਿਵੇਂ ਲਿਫਾਫਾ, ਜਿਵੇਂ ਕੋਈ ਕਾਗਜ਼ ਰੁੜਿਆ ਜਾਂਦਾ ਹੁੰਦਾ ਪਾਣੀ ਦੇ ਉੱਪਰ, ਉਸ ਤਰੀਕੇ ਦੇ ਨਾਲ ਗੱਡੀਆਂ ਰੁੜੀਆਂ ਜਾ ਰਹੀਆਂ ਨੇ। ਤਾਂ ਇਹ ਤਸਵੀਰਾਂ ਦੇਖ ਸਕਦੇ ਹੋ, ਬੰਦੇ ਗੱਡੀ ਦੇ ਵਿੱਚੋਂ ਨਿਕਲੇ, ਗੱਡੀ ਦੇ ਵਿੱਚੋਂ ਬੰਦਿਆਂ ਨੂੰ ਕੱਢਿਆ ਗਿਆ, ਕੱਢ ਕੇ ਤਰਦੇ ਹੋਏ ਜਾ ਰਹੇ ਨੇ। ਤਾਂ ਉਹਨਾਂ ਦੇ ਬਚਾਅ ਜਿਹੜਾ ਕੀਤਾ ਗਿਆ ਲੋਕਾਂ ਦੇ ਵੱਲੋਂ, ਲੋਕਲ ਲੋਕਾਂ ਦੇ ਵੱਲੋਂ ਉਹਨਾਂ ਦਾ ਜਿਹੜਾ ਬਚਾਅ ਉਹ ਕੀਤਾ ਗਿਆ। ਦੇਖ ਸਕਦੇ ਹੋ ਤੁਸੀਂ ਗੱਡੀ ਕਿਸ ਤਰੀਕੇ ਨਾਲ, ਜਿਵੇਂ ਕੋਈ ਲਿਫਾਫਾ ਤਰ ਰਿਹਾ ਹੋਵੇ, ਜਿਵੇਂ ਕੋਈ ਲਿਫਾਫਾ ਤਰਦਾ ਹੋਇਆ ਜਾ ਰਿਹਾ ਹੋਵੇ, ਇਸ ਤਰੀਕੇ ਦੇ ਨਾਲ ਗੱਡੀ ਹੈ ਜਿਹੜੀ ਇਹ ਰੁੜ ਰਹੀ ਹੈ। ਦੇਖ ਸਕਦੇ ਹੋ ਤੁਸੀਂ ਲੋਕ ਨੇ ਜਿਹੜੇ ਉਹ ਕਿਸ ਤਰੀਕੇ ਦੇ ਨਾਲ ਵਿੱਚੋਂ ਰੁੜ ਕੇ ਗਏ ਹੋਏ ਸੀ, ਉਹਨਾਂ ਨੂੰ ਵਾਪਸ ਕੱਢਿਆ ਜਾ ਰਿਹਾ, ਉਹ ਵਾਪਸ ਆ ਰਹੇ ਨੇ। ਤਾਂ ਦੇਖੋ ਗੱਡੀ ਤੋਂ ਛਾਲ ਮਾਰਤੀ, ਕਿਉਂਕਿ ਗੱਡੀ ਨੂੰ ਤਾਂ ਹੁਣ ਨਹੀਂ ਬਚਾ ਸਕਦੇ, ਪਰ ਆਪਣੀਆਂ ਜਾਨਾਂ ਬਿਲਕੁਲ ਬਚਾ ਸਕਦੇ ਨੇ। ਤਾਂ ਇਹ ਤਸਵੀਰਾਂ, ਇਹ ਤਬਾਹੀ ਦਾ ਮੰਜ਼ਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ, ਤਬਾਹੀ ਦਾ ਮੰਜ਼ਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਇਹ ਹਰਿਦੁਆਰ ਦੀਆਂ ਤਸਵੀਰਾਂ ਨੇ, ਹਰਿਦੁਆਰ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ। ਤਾਂ ਇਸ ਤਰੀਕੇ ਦੇ ਨਾਲ ਜਿਹੜਾ ਤਬਾਹੀ ਦਾ ਮੰਜ਼ਰ ਹੈ, ਇਸ ਤਰੀਕੇ ਦੇ ਨਾਲ ਤਬਾਹੀ ਹੈ ਜਿਹੜੀ ਮੀਂਹ ਪੈਣ ਦੇ ਨਾਲ ਹੋ ਰਹੀ ਹੈ, ਲਗਾਤਾਰ ਤਬਾਹੀ ਹੋ ਰਹੀ ਹੈ ਮੀਂਹ ਪੈਣ ਦੇ ਨਾਲ। ਤਾਂ ਲੋਕ ਕਹਿ ਰਹੇ ਸੀ ਮੌਨਸੂਨ ਕਦੋਂ ਆਊ, ਮੀਂਹ ਕਦੋਂ ਆਉਣਗੇ, ਤਾਂ ਮੀਂਹ ਪੈਣੇ ਸ਼ੁਰੂ ਹੋ ਗਏ ਨੇ। ਤਾਂ ਸਭ ਪਾਸੇ ਤੋਂ ਤਬਾਹੀ ਦੀਆਂ ਤਸਵੀਰਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਨੇ। ਦਿੱਲੀ ਦੇ ਵਿੱਚੋਂ ਵੀ ਅਜਿਹੀਆਂ ਤਸਵੀਰਾਂ ਨਿਕਲੀਆਂ ਸੀ, ਗੁਰਦੁਆਰਾ ਸੀਸਗੰਜ ਸਾਹਿਬ ਦੇ ਅੰਦਰ ਤੱਕ ਪਾਣੀ ਵੜ ਗਿਆ ਸੀ। ਤਾਂ ਉਸ ਤੋਂ ਬਾਅਦ ਜਿਹੜੀਆਂ ਤਸਵੀਰਾਂ ਅੱਜ ਤੁਸੀਂ ਸਵੇਰੇ ਦੇਖੀਆਂ, ਸਾਹਮਣੇ ਬਿਲਕੁਲ ਸਾਹਮਣੇ ਹੀ ਜਿਹੜਾ ਹੈਗਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸ਼ੇਅਰ ਕਰ ਦਿਓ ਵੱਧ ਤੋਂ ਵੱਧ, ਤਾਂ ਜੋ ਇਹਨਾਂ ਲੋਕਾਂ ਦੀ ਸਹਾਇਤਾ ਜਿਹੜੀ ਜਿਹੜੇ ਹੈਗੇ ਨੇ, ਜਿਹੜੇ ਰੈਸਕਿਊ ਕਰਦੇ ਨੇ ਲੋਕ, ਜਾਂ ਸਮਾਜ ਸੇਵੀ ਨੇ, ਜਾਂ ਸਾਰੇ ਕੋਈ ਵੀ ਹੈ,
ਸਭ ਤੱਕ ਇਹ ਤਸਵੀਰਾਂ ਜਿਹੜੀਆਂ ਪਹੁੰਚ ਜਾਣ, ਸਭ ਤੱਕ ਇਹ ਤਸਵੀਰਾਂ ਜਿਹੜੀਆਂ ਪਹੁੰਚ ਜਾਣ, ਤਾਂ ਜੋ ਇਹਨਾਂ ਲੋਕਾਂ ਦੀ ਜਿਹੜੇ ਕੁਦਰਤੀ ਪ੍ਰਕੋਪ, ਜਿਹੜਾ ਕੁਦਰਤੀ ਕਰੋਪੀ ਦੀ ਮਾਰ ਝੱਲ ਰਹੇ ਨੇ, ਇਹਨਾਂ ਲੋਕਾਂ ਦੀ ਮਦਦ ਹੈ ਜਿਹੜੀ ਹੋ ਸਕੇ, ਤਾਂ ਇਹ ਤਸਵੀਰਾਂ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਕੇ ਆਪਣਾ ਫਰਜ਼ ਇਹ ਨਿਭਾ ਸਕਦੇ ਹੋ ਕਿ ਇਹ ਤਸਵੀਰਾਂ ਦੇਖਣ ਦੇ ਨਾਲ ਜਿਹੜੇ ਵੀ ਸਮਾਜ ਸੇਵੀ ਬੰਦੇ ਹੋਣਗੇ, ਜਿਹੜੇ ਵੀ ਬੰਦੇ ਹੋਰ ਹੋਣਗੇ, ਜਾਂ ਜਿਹੜੇ ਲੋਕ ਤੈਰਨਾ ਜਾਣਦੇ ਨੇ ਜਾਂ ਹੋਰ ਕੋਈ ਰੈਸਕਿਊ ਕਰਨਾ ਜਾਣਦੇ ਨੇ, ਜਾਂ ਸਮਾਜ ਸੇਵੀ ਨੇ ਜਿਹੜੇ ਬੰਦੇ ਲੋਕਾਂ ਦੇ ਨਾਲ ਬਿਪਤਾ ਦੇ ਵਿੱਚ ਖੜ੍ਹਦੇ ਨੇ, ਉਹਨਾਂ ਤੱਕ ਇਹ ਤਸਵੀਰਾਂ ਨੇ ਜਿਹੜੀਆਂ ਜਾਣੀਆਂ ਜ਼ਰੂਰੀ ਨੇ, ਤਾਂ ਜੋ ਇੱਥੇ ਜਿਹੜਾ ਪ੍ਰਕੋਪ ਚੱਲ ਰਹੇ ਲੋਕ ਨੇ ਉਹਨਾਂ ਦੀ ਸਹਾਇਤਾ ਜਿਹੜੀ ਉਹ ਕੀਤੀ ਜਾ ਸਕੇ, ਉਹਨਾਂ ਦੀ ਸਹਾਇਤਾ ਹੋ ਸਕੇ। ਤਾਂ ਇਸ ਵੇਲੇ ਦੀਆਂ ਇਹ ਬੇਹੱਦ ਖੌਫਨਾਕ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਦਿੱਲੀ ਦਾ ਲਾਲ ਕਿਲ੍ਹਾ ਵੀ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ, ਲਾਲ ਕਿਲ੍ਹੇ ਦੇ ਆਲੇ ਦੁਆਲੇ ਬਿਲਕੁਲ ਸਾਗਰ ਵਰਗਾ ਮਾਹੌਲ ਹੋਇਆ ਪਿਆ, ਜਿਵੇਂ ਕੋਈ ਸਾਗਰ ਵਹਿ ਰਿਹਾ ਹੋਵੇ ਉੱਥੋਂ। ਹਾਲਾਂਕਿ ਉਹ ਸੜਕਾਂ ਨੇ ਸਾਰੀਆਂ ਲਾਲ ਕਿਲ੍ਹੇ ਦੇ ਆਲੇ ਦੁਆਲੇ ਵੀ, ਦਿੱਲੀ ਦੇ ਵਿੱਚ ਵੀ, ਹੋਰ ਥਾਵਾਂ 'ਤੇ ਵੀ। ਤਾਂ ਇਹ ਹਰਿਦੁਆਰ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਹਰਿਦੁਆਰ ਦੇ ਵਿੱਚ ਕਿਸ ਤਰੀਕੇ ਦਾ ਇਹ ਮੰਜ਼ਰ ਹੈ ਜਿਹੜਾ ਦੇਖਣ ਨੂੰ ਸਾਹਮਣੇ ਆਇਆ। ਮਹਿਜ਼ ਇੱਕ ਘੰਟੇ ਦੀ ਬਾਰਿਸ਼ ਤੋਂ ਬਾਅਦ ਇਹ ਮਾਹੌਲ ਬਣ ਗਿਆ, ਗੱਡੀਆਂ ਰੁੜ ਗਈਆਂ, ਲੋਕ ਰੁੜ ਗਏ, ਤਾਂ ਲੋਕ ਕਿਤੇ ਨਾ ਕਿਤੇ ਬਚਾਅ ਦੇ ਕਾਰਜ ਨੇ ਜਿਹੜੇ ਸ਼ੁਰੂ ਹੋ ਚੁੱਕੇ ਨੇ, ਬਚਾਅ ਕਾਰਜ ਸ਼ੁਰੂ ਹੋ ਚੁੱਕੇ ਨੇ, ਲੋਕ ਆਪਣੇ ਬਿਹਾਫ 'ਤੇ ਵੀ ਜਿਹੜਾ ਬਚਾਅ ਕਾਰਜ ਕਰ ਰਹੇ ਨੇ। ਇਹ ਗੱਡੀਆਂ ਦੇਖ ਸਕਦੇ ਹੋ, ਜਿਵੇਂ ਕੋਈ ਪੱਤਾ ਰੁੜਦਾ ਜਾ ਰਿਹਾ ਹੋਵੇ ਪਾਣੀ ਦੇ ਉੱਪਰ, ਜਿਵੇਂ ਕੋਈ ਲਿਫਾਫਾ ਰੁੜਦਾ ਜਾ ਰਿਹਾ ਹੋਵੇ, ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜਿਹੜੇ ਲੋਕ ਕਿਤੇ ਨਾ ਕਿਤੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਪਲਾਨ ਕਰ ਰਹੇ ਨੇ ਪਹਾੜਾਂ ਵੱਲ ਜਾਣ ਦਾ ਜਾਂ ਇਸ ਤਰੀਕੇ ਦੇ ਇਲਾਕਿਆਂ ਵੱਲ ਜਾਣ ਦਾ, ਉਹਨਾਂ ਲੋਕਾਂ ਤੱਕ ਇਹ ਜ਼ਰੂਰ ਤਸਵੀਰਾਂ ਨੇ ਜਿਹੜੀਆਂ ਸਾਂਝੀਆਂ ਕਰਦੇ ਹੋ, ਸ਼ੇਅਰ ਕਰਦੇ ਹੋ, ਵੱਧ ਤੋਂ ਵੱਧ ਉਹਨਾਂ ਲੋਕਾਂ ਤੱਕ ਵੀ ਇਹ ਜਿਹੜੀਆਂ ਤਸਵੀਰਾਂ ਪਹੁੰਚ ਸਕਣ ਜਿਹੜੇ ਇਹਨਾਂ ਦੇ ਨਾਲ ਇਸ ਬਿਪਤਾ ਦੇ ਸਮੇਂ ਦੇ ਵਿੱਚ ਖੜ੍ਹ ਸਕਦੇ ਨੇ। ਤਾਂ ਇਹ ਤਸਵੀਰਾਂ ਤੁਹਾਨੂੰ ਹਰਿਦੁਆਰ ਤੋਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਜਿਹੜੇ ਲੋਕ ਕੁਦਰਤੀ ਕਰੋਪੀ ਦੀ ਮਾਰ ਝੱਲ ਰਹੇ ਨੇ, ਪਾਣੀ ਉਹ ਪਾਣੀ ਹੋ ਗਿਆ, ਜਲ ਥਲ ਹੀ ਜਲ ਥਲ ਹੋ ਗਿਆ ਹਰਿਦੁਆਰ ਦੇ ਵਿੱਚ।